ਪੰਜਾਬ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫਸਲ ਨੂੰ ਬढ़ावा ਦੇਣ ਦੇ ਮਕਸਦ ਦੇ ਨਾਲ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਚੱਲਦੇ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਦੇ ਵੱਲੋਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਹਲਕੇ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਵਿਭਾਗ ਦੇ ਵੱਲੋਂ ਨਿੰਟਿੰਗ ਪਲਾਂਟਾਂ ਦੀ ਵਿਜਾਈ ਦਾ ਨਰੀਖਣ ਕੀਤਾ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ। ਅੱਜ ਅਸੀਂ ਸਾਡਾ ਇਹ ਜਿਹੜਾ ਮੇਨ ਟੂਰ ਇੰਕੇ ਲਿਆ ਹੋਇਆ ਮੈਂ ਪੰਜਾਬ ਸਰਕਾਰ ਤੋਂ ਐਜ਼ ਅ ਡਾਇਰੈਕਟਰ ਮੈਨੂੰ ਉੱਥੋਂ ਚੰਡੀਗੜ੍ਹ ਤੋਂ ਭੇਜਿਆ ਗਿਆ ਮਾਨਯੋਗ ਜਿਹੜੇ ਸਾਡੇ ਬਤਿਕ ਮੁਖ ਸਕੱਤਰ ਸੀਗੇ ਉਹਨਾਂ ਨੇ ਮੇਰੀ ਡਿਊਟੀ ਲਗਾਈ ਹੈ ਵੀ ਜੋ ਕਾਟਨ ਦਾ ਮੇਨ ਉਹ ਚੱਲ ਰਿਹਾ ਹੈ ਚਾਹੇ ਉਹ ਜਿਹੜੀ ਉਹਦੀ ਸਵਿੰਗ ਚੱਲ ਰਹੀ ਹੈ ਬੀਜ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਬਿਜਲੀ ਦਾ ਜਾਂ ਹੋਰ ਜਿੰਨੇ ਵੀ ਇਨਪੁਟਸ ਨੇ ਉਹਨਾਂ ਦੀ ਸਾਰੀ ਸਪਲਾਈ ਦੇਖਣ ਦੇ ਲਈ ਮੈਨੂੰ ਇੱਥੇ ਭੇਜਿਆ ਗਿਆ ਸੀਗਾ ਤੇ ਮੈਂ ਕੱਲ ਤੋਂ ਅਸੀਂ ਇਸ ਟੂਰ ਤੇ ਆ ਪਹਿਲਾਂ ਅਸੀਂ ਸੰਗਰੂਰ ਗਏ ਤੋਂ ਬਾਅਦ ਅਸੀਂ ਬਠਿੰਡਾ ਮਾਨਸਾ ਤੇ ਅੱਜ ਅਬੋਰ ਤੋਂ ਬਾਅਦ ਅਸੀਂ ਮੁਕਸਰ ਦੇ ਵਿੱਚ ਅੱਜ ਹੁਣ ਅਸੀਂ ਚੌਧਰੀ ਅਮਰ ਅਮਰ ਕੁਮਾਰ ਦੇ ਅਸੀਂ ਪਰਮ ਤੇ ਖੜੇ ਆ ਜੋ ਕੋਈ ਮਲੋਟ ਦੇ ਵਿੱਚ ਹੈ ਤੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਕਪਾਹ ਦੀ ਬਜਾਈ ਹੈ ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਉਹ ਸਾਡੀ ਬਿਲਕੁਲ ਟਾਈਮ ਤੇ ਜਿਹੜੀ ਅਸੀਂ ਬਜਾਈ ਦੇ ਵਿੱਚ ਆ ਰਹੇ ਹਾਂ ਤੇ ਹੁਣ ਮੈਨੂੰ ਇਹ ਦੱਸ ਰਹੇ ਸੀ ਕਿ ਜਿਹੜਾ ਇਹ ਨੋਮੈਟਿਕ ਪਲੈਂਟਰ ਦੇ ਨਾਲ ਚਾਹੇ ਇਹਨਾਂ ਕੋਲ 250 ਏਕੜ ਜ਼ਮੀਨ ਹੈਗੀ ਹੈ ਤੇ ਉਹਦੇ ਵਿੱਚੋਂ 50 ਏਕੜ ਜਿਹੜਾ ਰਕਬਾ ਹੈ ਇਹ ਇਹ ਨਿਊਮੈਟਿਕ ਬਲੈਂਟਰ ਥੱਲੇ ਲਿਆ ਰਹੇ ਨੇ ਤੇ ਪਹਿਲਾਂ ਜਿਹੜੀ ਇਹਨਾਂ ਨੇ ਸਰੋਂ ਦੇ ਵਿੱਚ ਜਿਹੜਾ ਏਰੀਆ ਸੀਗਾ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਹੀ April ਦੇ 11 11 April ਨੂੰ ਇਹਨਾਂ ਨੇ ਸੋਇੰਗ ਕਰਤੀ ਦੀਗੀ ਤੇ ਬੜੀਆਂ ਵਧੀਆ ਵੈਰਾਈਟੀਆਂ ਜਿਹੜੀਆਂ ਰਾਸ਼ੀ ਦੀ ਹੈ ਚਾਹੇ 773 ਚਾਹੇ ਦੂਸਰੀਆਂ ਕਿਸਮਾਂ ਨੇ ਜਿਹੜੀਆਂ ਆ ਆਪਣਾ ਕਿਹੜੀ ਜਿਹੜਾ ਡੈਲਟਾ ਕਿਸਮ ਦੇ ਆ ਤੇ ਉਹਦੇ ਉਹਦੇ ਲਈ ਇਹ ਉਸ ਕਿਸਮਾਂ ਥੱਲੇ ਇਹ ਸਾਰਾ ਬਜਾਈ ਕਰ ਰਹੇ ਨੇ ਬੜਾ ਟਾਈਮਲੀ ਸਾਡੀ ਜਿਹੜੀ ਇਹ ਬਜਾਈ ਚੱਲ ਰਹੀ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਜੋ ਅਸੀਂ ਟਾਰਗੇਟ ਲੈ ਕੇ ਚੱਲੇ ਹੋਏ ਆ ਤੇ ਆ 4 ਲੱਖ ਏਕਟੇਰ ਦਾ ਸਾਡਾ ਟਾਰਗੇਟ ਹੈ ਵੀ ਪੰਜਾਬ ਆਪਣੇ ਜਿਹੜੇ ਕਾਟਨ ਵੈਲਟ ਦਾ ਜਿਹੜਾ ਇਹ 8 ਜ਼ਿਲ੍ਹੇ ਆਉਂਦੇ ਨੇ ਤੇ ਇਹਦੇ ਵਿੱਚ ਅਸੀਂ 4 ਲੱਖ ਏਕੜ ਦੇ ਵਿੱਚ ਇਹ ਕਾਟਨ ਦੀ ਬਿਜਾਈ ਕਰਾਂਗੇ ਤੇ ਜਿਵੇਂ ਕਿ ਅਸੀਂ ਪਿਛਲੇ ਸਾਲ ਦੀ ਜਿਹੜੀ ਸਾਡੀ ਸਟ੍ਰੈਟਜੀ ਸੀਗੀ ਚਾਹੇ ਉਹ ਵੀਡ ਕੰਟਰੋਲ ਦੀ ਸੀ ਉਤੇ ਬਾਅਦ ਅਸੀਂ ਪੈਸਟ ਸਰਵੇਲੈਂਸ ਟੀਮਾਂ ਬਣਾਈ ਇਨਸਟੀਚੂਟ ਕੀਤੀਆਂ ਨੇ ਤੇ ਉਹ ਤਹਿਤ ਅਸੀਂ ਸਾਰਾ ਕੰਮ ਚਲਾ ਰਹੇ ਹਾਂ ਤਾਂ ਕਿ ਜਿਹੜੀ ਪਿਛਲੇ ਸਾਲ ਜਿਵੇਂ ਸਾਡਾ ਮੇਨ ਏਰੀਆ ਦੇ ਵਿੱਚੋਂ ਰਿਵਾਈਵਲ ਹੋਈ ਹੈ ਤੇ 11 ਲੱਖ ਬੇਲਸ ਦੀ ਸਾਡੀ ਪ੍ਰੋਡਕਸ਼ਨ ਹੋਈ ਸੀ ਕਿਉਂਕਿ ਇੱਕ ਰਿਕਾਰਡ ਪ੍ਰੋਡਕਸ਼ਨ ਹੈਗੀ ਹੈ ਤੇ ਉਸ ਤਹਿਤ ਹੀ ਅਸੀਂ ਉਸ ਉਸ ਸਕੀਮ ਨੂੰ ਅੱਗੇ ਚਲਾ ਰਹੇ ਹਾਂ ਇਹਦੇ ਲਈ ਅਸੀਂ ਸਕਾਉਟ ਵੀ ਰੱਖੇ ਨੇ 500 ਸਕਾਉਟ ਰੱਖੇ ਨੇ ਤੇ ਉਹਦੇ ਬਾਅਦ ਅਸੀਂ ਸੁਪਰਵਾਈਜ਼ਰ ਰੱਖੇ ਨੇ ਤੇ ਉਹ ਸਾਰਿਆਂ ਨੂੰ ਤਾਂ ਕਿ ਅਸੀਂ ਜ਼ਿੰਮੇਵਾਰਾਂ ਨੂੰ ਟੋਟਲ ਟੈਕਨੋਲੋਜੀ ਦੇ ਕੇ ਇਹ ਇਸ ਫਸਲ ਨੂੰ ਅਸੀਂ ਪੂਰਾ ਕਾਮਯਾਬ ਕਰ ਸਕੀਏ ਕਿਸ ਤਰ੍ਹਾਂ ਦੇ ਮਬੀਆ ਨੂੰ ਮਾਨਤਾ ਦਿੱਤੀ ਗਈ ਹੈ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕੀਤਾ ਜਾ ਰਿਹਾ ਇਹਦੇ ਲਈ ਮਬੀਦਾਂ ਦੇ ਲਈ ਅਸੀਂ ਪਹਿਲਾਂ ਹੀ بڑا 23 ਲੱਖ ਪੈਕਟ ਦਾ ਅਸੀਂ ਜਿਹੜੇ ਅਪਰੂਵਡ ਕਿਸਮਾਂ ਸੀਗੀਆਂ ਜੋ ਪਾਰ ਸਰਕਾਰ ਦੇ ਜੈਨੇਟਿਕ ਇੰਜੀਨੀਅਰਿੰਗ ਅਪਰੂਵਲ ਕਮੇਟੀ ਆ ਉਹ ਅਪਰੂਵਲ ਕਰਦੀ ਆ ਉਹਦੇ ਬਾਅਦ ਮਹਿਕਮਾ ਜਿਹੜਾ ਆਪਣਾ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨਾਂ ਨੇ ਸਾਨੂੰ ਪਰਫਾਰਮੈਂਸ ਬੇਸਡ ਤੇ 45 ਹਾਈਬ੍ਰਿਡ ਦਿੱਤੇ ਸੀਗੇ ਉਹਦੇ ਬਾਅਦ ਪੰਜ ਹਾਈਬ੍ਰਿਡ ਹੋਰ ਤੇ 50 ਹਾਈਬ੍ਰਿਡ ਨੂੰ ਅਸੀਂ ਇਸ ਵਾਰ ਇੱਥੇ ਆਪਣਾ ਕਰ ਰਹੇ ਹਾਂ ਤਾਂ ਕਿ ਉਹੀ ਹਾਈਬ੍ਰਿਡ ਕਿਸਾਨਾਂ ਨੂੰ ਦਿੱਤੇ ਜਾਣ ਕਿ ਇਹਨਾਂ ਦਾ ਬਹੁਤ ਵਧੀਆ ਝਾੜ ਹੈਗਾ ਪੈਡੀ ਦਾ ਮੌਸਮ ਵੀ ਆ ਰਿਹਾ ਹੈਗਾ ਫਸਲ ਲੈ ਕੇ ਕਿਸਾਨਾਂ ਨੂੰ ਬਜਾਈ ਦੀ ਲੈ ਕੇ ਕੀ ਕਰੀਏ ਬਜਾਈ ਦੇ ਲਈ ਅਸੀਂ ਜਿਹੜਾ ਉਹਨਾਂ ਦਾ ਸਾਰਾ ਪ੍ਰਬੰਧ ਹੈ ਜਿਹੜਾ ਵੀ ਅਸੀਂ ਕੀਤਾ ਹੋਇਆ ਤੇ ਅਸੀਂ ਕਿਸਾਨਾਂ ਨੂੰ ਇਹ ਉਹ ਕਰ ਰਹੇ ਹਾਂ ਵੀ ਜਿਹੜੀ 15 ਜੂਨ ਤੋਂ ਬਾਅਦ ਹੀ ਜਿਹੜੀ ਬਜਾਈ ਉਹ ਕੀਤੀ ਜਾਵੇ ਕਿਉਂਕਿ ਪਹਿਲਾਂ ਜੇ ਆਪਾਂ अर्ਲੀ ਕਰਦੇ ਹਾਂ ਉਹਦੇ ਨਾਲ ਪਾਣੀ ਦੀ ਵੇਸਟੇਜ ਬਹੁਤ ਹੁੰਦੀ ਹੈ ਤੇ ਪਿੱਛੇ ਅਸੀਂ ਇੱਕ ਐਕਟ ਬਣਿਆ ਸੀਗਾ ਪੰਜਾਬ ਪ੍ਰਿਜ਼ਰਵੇਸ਼ਨ ਐਕਟ 2009 ਉਹਦੇ ਤਹਿਤ ਅਸੀਂ ਇਹ ਇਹ ਕਿਸਾਨਾਂ ਨੂੰ ਕਹਿ ਰਹੇ ਹਾਂ ਵੀ ਜਿਹੜੀ 1 ਮਈ ਤੋਂ ਬਾਅਦ ਜਿਹੜੀਆਂ ਪਨੇਰੀਆਂ ਤੁਸੀਂ ਉਹ ਕਰੋ ਤੇ 15 ਜੂਨ ਤੋਂ ਬਾਅਦ ਜਿਹੜੀ ਇਹਨਾਂ ਕਿਸਮਾਂ ਤੋਂ ਲਈ ਜਿਹੜਾ ਉਹ ਬੀਜਿਆ ਜਾਵੇ ਕਿਉਂਕਿ ਜਦੇ ਬਿਜਲੀ ਦੀ ਸਪਲਾਈ ਵੀ ਉਸੇ ਟਾਈਮ ਤੇ ਸਾਡੀ 8 ਘੰਟੇ ਹੋਣੀ ਹੈ ਹਾਂਜੀ ਇਹਦਾ ਗਿੱਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰ ਇਹ ਜੰਗ